ਮਹਿੰਦਰਾ ਐਂਡ ਮਹਿੰਦਰਾ ਲਿਮਿਟਿਡ ਨੇ ਜਲੰਧਰ ਕੇ BSF ਚੌਂਕ ਸਥਿਤ ਰਾਗਾ ਮੋਟਰ ਸ਼ੋਰੂਮ ਮੇਂ ਆਪਣੀ ਬਹੁ ਪ੍ਰਤੀਕਸ਼ਿਤ ਨਈ SUV ਥਾਰ ਰੌਕਸ ਕਾ ਭਵਿਸ਼ ਵਰਮ ਕੀਆ। ਇਹ ਕਾਰਜਕ੍ਰਮ ਇੱਕ ਵਿਸ਼ੇਸ਼ ਆਯੋਜਨ ਕੇ ਰੂਪ ਮੇਂ ਆਯੋਜਿਤ ਕੀਆ ਗਿਆ, ਜਿਸ ਮੇਂ ਜਲੰਧਰ ਕੇ ਉੱਚ ਅਧਿਕਾਰੀਆਂ ਔਰ ਸਥਾਨੀ ਗਣਮਾਨਿਆ ਵਿਅਕਤੀਓਂ ਨੇ ਭਾਗ ਲਿਆ। ਤੋ ਵਹੀਂ ਕਾਰਜਕ੍ਰਮ ਕੇ ਮੁੱਖ ਅਤਿਥੀ ਵਰਿਸ਼ਠ ਪੁਲਿਸ ਅਧੀਕਸ਼ਕ ਹਰ ਕਮਲਪ੍ਰੀਤ ਸਿੰਘ ਖੱਕ ਨੇ ਥਾਰ ਰੌਕਸ ਕਾ ਵਿਧਿਵਤ ਉਦਘਾਟਨ ਕੀਆ, ਜਿਸਕੇ ਬਾਅਦ ਵਾਹਨ ਕੇ ਵਿਭਿੰਨ ਫੀਚਰਸ ਔਰ ਵਿਸ਼ੇਸ਼ਤਾਓਂ ਕਾ ਅਨਾਵਰਣ ਕੀਆ ਗਿਆ। ਥਾਰ ਰੌਕਸ ਇੱਕ ਐਸੀ SUV ਹੈ ਜਿਸੇ ਖਾਸ ਤੌਰ ਪਰ ਆਫ ਰੋਡਿੰਗ ਕੇ ਸ਼ੌਕੀਨੋਂ ਕੋ ਧਿਆਨ ਮੇਂ ਰੱਖਕਰ ਡਿਜ਼ਾਈਨ ਕੀਆ ਗਿਆ ਹੈ। ਇਹ SUV ਆਪਣੇ ਸ਼ਕਤੀਸ਼ਾਲੀ ਇੰਜਨ, ਬਿਹਤਰ ਗਰਾਊਂਡ ਕਲੀਅਰੈਂਸ ਔਰ ਅਤਿਆਧੁਨਿਕ ਸੁਰੱਖਿਆ ਸੁਵਿਧਾਓਂ ਕੇ ਕਾਰਨ ਅਲੱਗ ਪਹਿਚਾਨ ਬਨੇਗੀ। ਕੰਪਨੀ ਕਾ ਦਾਅਵਾ ਹੈ ਕਿ ਥਾਰ ਰੌਕਸ ਕਠਿਨਤਮ ਰਾਸਤੋ ਪਰ ਵੀ ਬਿਹਤਰੀਨ ਪ੍ਰਦਰਸ਼ਨ ਕਰਨੇ ਮੇਂ ਸਕਸ਼ਮ ਹੋਗੀ, ਜਿਸਸੇ ਇਹ ਭਾਰਤੀ ਬਾਜ਼ਾਰ ਮੇਂ ਆਫ ਰੋਡਿੰਗ ਵਾਹਨੋਂ ਕੀ ਸ਼੍ਰੇਣੀ ਮੇਂ ਇੱਕ ਮਹੱਤਵਪੂਰਨ ਸਥਾਨ ਹਾਸਿਲ ਕਰੇਗੀ। ਤੋ ਵਹੀਂ ਥਾਰ ਰੌਕਸ ਕੀ ਸ਼ੁਰੂਆਤੀ ਕੀਮਤ 12 ਲੱਖ ਰੁਪਏ ਰੱਖੀ ਗਈ ਹੈ, ਜੋ ਇਸੇ ਮਿਡ ਰੇਂਜ ਗ੍ਰਾਹਕੋਂ ਕੇ ਲਈ ਇੱਕ ਆਕਰਸ਼ਕ ਵਿਕਲਪ ਬਨਾਤਾ ਹੈ। ਇਸਕੀ ਬੁਕਿੰਗ 3 ਅਕਤੂਬਰ 2024 ਸੇ ਸ਼ੁਰੂ ਹੋਗੀ ਔਰ ਗ੍ਰਾਹਕ ਦਸੰਬਰ 2024 ਸੇ ਟਰੱਸਟ ਡਰਾਈਵ ਕਰ ਸਕੇਗੀ। ਕੰਪਨੀ ਨੇ ਘੋਸ਼ਣਾ ਕੀ ਹੈ ਕਿ ਡਿਲੀਵਰੀ ਜਨਵਰੀ 2025 ਸੇ ਸ਼ੁਰੂ ਹੋ ਜਾਏਗੀ, ਜਿਸਸੇ ਨਏ ਸਾਲ ਮੇਂ SUV ਪ੍ਰੇਮੀਓਂ ਕੋ ਇੱਕ ਖਾਸ ਉਪਹਾਰ ਮਿਲਨੇ ਵਾਲਾ ਹੈ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਰਜਨੀਸ਼ ਸ਼ਰਮਾ ਕੀ ਰਿਪੋਰਟ। ਥਾਰ ਰੌਕਸ ਜਿਵੇਂ ਕਿ ਸੋਸ਼ਲ ਮੀਡੀਆ 'ਤੇ ਕਾਫੀ ਸਮੇਂ ਤੋਂ ਇਹ ਗੱਡੀ ਦਾ ਕਾਫੀ ਹਾਈਪ ਕ੍ਰੀਏਟ ਹੋਈ ਸੀਗੀ ਔਰ ਲੋਕਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿ 5-door ਦੇ ਵਿੱਚ ਕਦੋਂ ਆ ਰਹੀ ਹੈ। ਤੋ ਅੱਜ ਉਹਨਾਂ ਦੀ ਵੇਟ ਜਿਹੜੀ ਅੱਜ ਓਵਰ ਹੋ ਰਹੀ ਹੈ। ਕੰਪਨੀ ਨੇ ਇਸ ਨੂੰ SUV ਦਾ ਨਾਮ ਦਿੱਤਾ, ਰੌਕਸ ਦਾ ਨਾਮ ਦਿੱਤਾ। ਉਹ ਇੱਕ ਤਰ੍ਹਾਂ ਦੀ ਸਾਡੇ ਲਈ ਰੌਕ ਸਟਾਰ ਹੈ ਗੱਡੀ। ਔਰ ਅੱਜ ਅਸੀਂ ਆਪਣੇ BSF ਚੌਂਕ 'ਤੇ ਜਿਹੜਾ ਸਾਡਾ ਸ਼ੋਰੂਮ ਹੈ ਰਾਗਾ ਮੋਟਰ 'ਤੇ, ਉੱਥੇ ਅੱਜ ਇਸ ਗੱਡੀ ਨੂੰ ਲਾਂਚ ਕੀਤਾ। ਸਨਮਾਨਯੋਗ ਸਰਦਾਰ ਕਮਲਪ੍ਰੀਤ ਸਿੰਘ ਜੀ ਖੱਕ SSP ਨੇ, ਉਹਨਾਂ ਨੇ ਅੱਜ ਆਪਣੇ ਕਰਕਮਲਾ ਨਾਲ ਇਸ ਨੂੰ ਲਾਂਚ ਕੀਤਾ। ਇਸ ਦੇ ਨਾਲ ਨਾਲ ਹੀ ਸਾਡੇ ਕਈ SBI ਦੇ ਜਿਹੜੇ ਰੀਜਨਲ ਮੈਨੇਜਰ ਇੰਦਰਪਾਲ ਸਿੰਘ ਜੀ ਕਾਲਰਾ ਔਰ ਕ੍ਰਿਸ਼ਨ ਸਿੰਘ ਜੀ, ਉਹਨਾਂ ਨੇ ਵੀ ਇਸ ਦੇ ਵਿੱਚ ਆ ਕੇ ਸਾਡਾ ਮਾਣ ਵਧਾਇਆ। ਤੋ ਇਸ ਗੱਡੀ ਦੀ ਕਾਫੀ ਸਮੇਂ ਤੋਂ ਵੇਟ ਸੀਗੀ, ਤੋ ਅੱਜ ਵੇਟ ਓਵਰ ਹੋਈ ਹੈ ਔਰ ਇਹ 5-door ਦੇ ਵਿੱਚ ਗੱਡੀ ਲਾਂਚ ਕੀਤੀ ਗਈ ਹੈ। ਸਾਡੇ ਸ਼ੋਰੂਮ ਦੇ ਉੱਤੇ ਟੈਸਟ ਗੱਡੀਆਂ ਵੀ ਅਵੇਲੇਬਲ ਨੇ। ਸੋ ਮੇਰੀ ਰਿਕੁਐਸਟ ਹੈ ਸਾਰੇ ਹੀ ਸ਼ਰੋਤਿਆਂ ਨੂੰ, ਜੋ ਵੀ ਮੈਨੂੰ ਦੇਖ ਰਹੇ ਨੇ ਜਾਂ ਸੁਣ ਰਹੇ ਨੇ, ਕਿ ਅੱਜ ਸਾਡੇ ਸ਼ੋਰੂਮ 'ਤੇ ਤੁਸੀਂ ਅੱਜ ਵਿਜ਼ਿਟ ਕਰੋ, ਇਹਨੂੰ ਟੈਸਟਡ ਲਓ, ਐਕਸਪੀਰੀਅੰਸ ਕਰੋ ਗੱਡੀ ਨੂੰ। ਇਹ ਗੱਡੀ 12,99,000 ਤੋਂ ਸ਼ੁਰੂ ਕਰਕੇ ਕੰਪਨੀ ਨੇ ਬੜਾ ਕੰਪੀਟੀਟਿਵ ਰੇਟ 'ਤੇ ਸ਼ੁਰੂ ਕੀਤੀ ਹੈ ਔਰ 7 colors ਦੇ ਵਿੱਚ ਇਹ ਗੱਡੀ ਅਵੇਲੇਬਲ ਹੈਗੀ ਹੈ। 2 colors ਇਹਦੇ 'ਚ ਨਵੇਂ ਇੰਟਰੋਡਿਊਸ, ਕਿਉਂਕਿ ਜਿਹੜੀ ਪਹਿਲਾਂ 3-door ਥਾਰ ਆ ਰਹੀ ਸੀਗੀ ਉਹਦੇ 'ਚ 5 colors ਸੀਗੇ, ਇਹਦੇ 'ਚ 2 ਨਵੇਂ ਕਲਰ ਕੰਪਨੀ ਨੇ ਇੰਟਰੋਡਿਊਸ ਕੀਤੇ ਨੇ। ਇਹਦੇ 'ਚ ਬਹੁਤ ਸਾਰੇ ਜੀ ਬੈਸਟ ਇਨ ਕਲਾਸ ਔਰ ਫਸਟ ਇਨ ਕਲਾਸ ਫੀਚਰਸ ਆਏ ਨੇ। ਇਹਦੇ 'ਚ ਇਲੈਕਟ੍ਰੋਨਿਕ ਡਿਫਰੈਂਸ਼ੀਅਲ ਲਗਾ ਦਿੱਤਾ ਕੰਪਨੀ ਨੇ, ਕਰੋਲ ਅਸਿਸਟ ਸਿਸਟਮ ਦੇ ਦਿੱਤਾ ਹੈ, ਇੰਟੈਲੀਟਰਨ ਸਿਸਟਮ ਦੇ ਦਿੱਤਾ ਹੈਗਾ ਔਰ ਇਨਫੋਟੇਨ ਸਿਸਟਮ ਹੈ, 9 speaker ਲਗਾਏ ਨੇ। ਹਰਮਨ ਗਾਰਡਨ ਦਾ ਇਹਦੇ 'ਚ ਇਨਫੋਟੇਨ ਸਿਸਟਮ ਆ ਰਿਹਾ ਹੈਗਾ। ਸੋ ਇੰਟੀਰੀਅਰ ਜਿਹੜਾ ਉਹ ਆਈਵਰੀ ਕਲਰ ਦਾ ਇੰਟੀਰੀਅਰ ਆ ਦਿੱਤਾ ਐਂਡ ਬਹੁਤ ਸਾਰੇ ਫੀਚਰਸ ਤੁਸੀਂ ਦੇਖ ਕੇ, ਯਾਨੀ ਕਿ ਜਦੋਂ ਵੀ ਕੋਈ ਕਸਟਮਰ ਆਏਗਾ ਦੇਖੇਗਾ ਉਸਨੂੰ ਇਹ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਐਕਸਪੀਰੀਅੰਸ ਕਰਨ ਨੂੰ ਮਿਲਣਗੀਆਂ ਇਸ ਗੱਡੀ ਦੇ ਵਿੱਚ। ਬੜੀ ਕੰਫਰਟੇਬਲ ਗੱਡੀ ਹੈ, ਬੂਟ ਸਪੇਸ ਕੰਪਨੀ ਦਾ 644 liter ਦਾ ਦਿੱਤਾ ਹੈਗਾ। ਸੋ ਮਿਡਲ ਰੋ ਜਿਹੜੀ ਹੈ ਉਹ ਵੀ ਇਹਦੇ 'ਚ ਬੜੀ ਕੰਫਰਟੇਬਲ ਹੈ, ਲੈਗ ਰੂਮ ਹੈਡ ਰੂਮ ਬਹੁਤ ਅੱਛਾ ਹੈਗਾ, ਫਰੰਟ ਵੈਂਟੀਲੇਟਡ ਸੀਟਸ ਦਿੱਤੀਆਂ ਹੋਈਆਂ ਨੇ। ਤੋ ਓਵਰਆਲ ਜੋ ਵੀ ਕਸਟਮਰ ਦੀ ਐਕਸਪੈਕਟੇਸ਼ਨ ਸੀਗੀਆਂ ਇਸ ਗੱਡੀ ਨੂੰ ਲੈ ਕੇ, ਉਹ ਕੰਪਨੀ ਨੇ ਪੂਰੀ ਆਪਣੀ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਪੂਰੀਆਂ ਕੀਤੀਆਂ ਜਾਣ।
360 ਸਰਾਊਂਡ ਜੋ ਕੈਮਰਾ ਤਾਂ ਉਹ ਇਹਦੇ 'ਚ ਉਹ ਵੀ ਇੱਕ ਫਸਟ ਇਨ ਕਲਾਸ ਫੀਚਰ ਹੈਗਾ। ਤੋ 360 ਵਿਊ ਇਹਦੇ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ। ਤੋ ਇਹ ਤਾਂ ਜਦੋਂ ਤੁਸੀਂ ਦੇਖੋਗੇ ਗੱਡੀ ਇਹਦੇ 'ਚ ਐਕਸਪੀਰੀਅੰਸ ਕਰੋਗੇ ਫਿਰ ਉਹਦੇ ਬਾਰੇ ਜ਼ਿਆਦਾ ਤੁਹਾਨੂੰ ਉਹਦਾ ਆਨੰਦ ਆਏਗਾ। ਸਰ ਜਿੱਦਾਂ ਆਪਣੇ ਥਾਰ ਦੀ ਲੋਕਾਂ ਦੀ ਮਨਪਸੰਦ ਗੱਡੀ ਬਣਦੀ ਜਾ ਰਹੀ ਹੈ, ਐਜ਼ ਅ ਡੀਲਰਸ਼ਿਪ ਤੁਹਾਡੇ ਵਾਸਤੇ ਕੀ ਚੈਲੰਜਸ ਰਹਿੰਦੇ ਆ ਔਰ ਕੰਪਨੀ ਦੇ ਕੀ ਇਨੀਸ਼ੀਏਟਿਵ ਹੈਗੇ ਨੇ ਇਸ ਚੀਜ਼ ਨੂੰ ਲੈ ਕੇ? ਕਸਟਮਰ ਮੰਗਦਾ ਹੈ ਗੱਡੀ ਕਿ ਮੈਨੂੰ ਦਿਓ, ਔਨ ਦਾ ਸਪੋਰਟ ਦਿਓ। ਦੇਖੋ ਇਹ ਤਾਂ ਕੋਈ ਸ਼ੱਕ ਨਹੀਂ ਹੈ ਕਿ ਲੋਕ ਬਹੁਤ ਹੀ ਐਕਸਾਈਟਡ ਹੈਗੇ ਨੇ ਐਂਡ ਸਾਨੂੰ ਵੀ ਅਸੀਂ ਵੀ ਇਹਦੇ ਨਾਲ ਨਾਲ ਬਹੁਤ ਐਕਸਾਈਟਡ ਹੈਗੇ ਹਾਂ ਐਂਡ ਬਹੁਤ ਸਾਰੇ ਲੋਕਾਂ ਨੇ ਸਾਨੂੰ ਪਹਿਲਾਂ 2 ਮਹੀਨੇ ਪਹਿਲਾਂ ਹੀ ਅਪਰੋਚ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਵੀ ਸੋਸ਼ਲ ਮੀਡੀਆ ਦੇ ਕੁਛ ਹਲਚਲ ਸ਼ੁਰੂ ਹੋਈ ਸੀਗੀ ਕਿ ਵੀ ਇਹ ਗੱਡੀ ਲਾਂਚ ਕਰਨ ਜਾ ਰਹੀ ਹੈ ਕੰਪਨੀ। ਤੋ ਨੋ ਡਾਊਟ ਚੈਲੇਂਜਸ ਤਾਂ ਹੈ ਕਿਉਂਕਿ ਪ੍ਰੋਡਕਸ਼ਨ ਜਿਹੜੀ ਹੈ ਉਹਦੀ ਇੱਕ ਲਿਮਿਟ ਹੁੰਦੀ ਹੈ ਕੰਪਨੀ ਦੀ ਵੀ ਔਰ ਸਾਰਿਆਂ ਦੀ ਐਕਸਪੈਕਟੇਸ਼ਨ ਪੂਰੀ ਕਰ ਪਾਉਣਾ ਇੰਨਾ ਈਜ਼ੀ ਨਹੀਂ ਹੁੰਦਾ, ਲੇਕਿਨ ਅਸੀਂ ਪੂਰੀ ਕੋਸ਼ਿਸ਼ ਕਰਾਂਗੇ, ਕੰਪਨੀ ਵੀ ਸਾਡੀ ਪੂਰੀ ਕੋਸ਼ਿਸ਼ ਕਰੇਗੀ ਕਿ ਇਹਦੀ ਪ੍ਰੋਡਕਸ਼ਨ ਨੂੰ ਜਿੰਨਾ ਅਸੀਂ ਮੈਕਸੀਮਾਈਜ਼ ਕਰ ਸਕੀਏ। ਤੋ ਫਿਲਹਾਲ ਇਸੇ ਕਰਕੇ ਕੰਪਨੀ ਨੇ ਇਹਦੀ ਜਿਹੜੀ ਬੁਕਿੰਗ ਹੈ ਉਹ 3 ਅਕਤੂਬਰ ਤੋਂ ਕੰਸਿਡਰ ਕਰਨੀ ਹੈ। ਬੁਕਿੰਗ ਅੱਜ ਤੋਂ ਸ਼ੁਰੂ ਹੈ, ਅਸੀਂ ਜੋ ਵੀ ਚੈੱਕ ਲਵਾਂਗੇ ਉਹ 3 ਅਕਤੂਬਰ ਤੋਂ ਪਾ ਕੇ ਲਵਾਂਗੇ ਐਂਡ ਉਹ ਸਾਰੀ ਬੁਕਿੰਗ ਨੂੰ ਜਦੋਂ ਕੰਪਨੀ ਕੋਲ ਕੰਪਾਈਲ ਹੋ ਜਾਏਗੀ, ਕੰਪਨੀ ਉਸ ਹਿਸਾਬ ਨਾਲ ਆਪਣੀ ਪ੍ਰੋਡਕਸ਼ਨ ਜਿਹੜੀ ਹੈ ਉਸਨੂੰ ਸਾਨੂੰ ਡਿਸਕਲੋਜ਼ ਕਰੇਗੀ ਕਿ ਕਿੰਨੀ ਪ੍ਰੋਡਕਸ਼ਨ ਬਣਾ ਰਹੇ ਨੇ ਐਂਡ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਰਿਕੁਆਇਰਮੈਂਟਸ ਹੈਗੀਆਂ ਕਸਟਮਰਸ ਦੇ ਉਹਨਾਂ ਨੂੰ ਮੀਟ ਕਰ ਪਾਈਏ। ਤੋ ਬਾਕੀ ਜਿਹੜਾ ਵੇਟਿੰਗ ਪੀਰੀਅਡ ਹੈ ਉਹ ਸਾਡੀ ਕੰਪਨੀ ਪ੍ਰਿੰਸੀਪਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਜੋ ਸਾਨੂੰ ਗਾਈਡ ਕਰੇਗੀ, ਇੰਸਟਰਕਟ ਕਰੇਗੀ, ਉਹਦੇ ਮੁਤਾਬਕ ਹੀ ਅਸੀਂ ਕਸਟਮਰ ਨੂੰ ਕਨਵੇ ਕਰਾਂਗੇ।